ਨਾਭਾ ਦੇ ਬੋੜਾ ਗੇਟ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਅਤੇ ਉਹਨਾਂ ਦੇ ਨਾਲ ਨਾਭਾ ਦੇ MLA ਗੁਰਦੇਵ ਸਿੰਘ ਦੇਵਮਾਨ ਦੇ ਨਾਲ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਰਹੇ। ਇਸ ਮੌਕੇ ਬੋੜਾ ਗੇਟ ਦੇ MCA ਵੱਲੋਂ ਮੀਟਿੰਗ ਰੱਖੀ ਗਈ। ਉੱਥੇ ਹੀ ਡਾਕਟਰ ਬਲਬੀਰ ਸਿੰਘ ਅਤੇ ਗੁਰਦੇਵ ਸਿੰਘ ਦੇਵਮਾਨ ਨੇ ਲੋਕਾਂ ਅਤੇ ਦੁਕਾਨਦਾਰਾਂ ਦਾ ਉੱਥੇ ਪਹੁੰਚਣ 'ਤੇ ਧੰਨਵਾਦ ਕੀਤਾ। ਨਾਭਾ ਤੋਂ ਜਤਿੰਦਰ ਕੁਮਾਰ ਦੀ ਰਿਪੋਰਟ। ਅਸੀਂ 2 ਸਾਲ ਪਹਿਲਾਂ ਤੁਸੀਂ ਬਹੁਤ ਵਧੀਆ ਫੈਸਲਾ ਕੀਤਾ, ਤੁਸੀਂ ਮਾਨ ਸਾਹਿਬ ਨੂੰ ਵੱਡੇ ਮਾਤਰਾ ਜਿਤਾਇਆ ਔਰ ਦਿਹਾਤੀ ਵਾਲਿਆਂ ਨੇ ਮੈਨੂੰ ਮੇਰੀ 53,000 ਦੀ ਯੂਨਿਟ ਸੀ, ਇਹਨਾਂ ਦੀ 52,000 ਦੀ ਯੂਨਿਟ ਸੀ। ਅਸੀਂ ਪਹਿਲੇ ਅਤੇ ਦੂਜੇ ਨੰਬਰ 'ਤੇ ਆਏ ਔਰ ਜਿੰਨੀਆਂ ਅਸੀਂ ਇਲੈਕਸ਼ਨ ਲੜੀਆਂ ਉਹਦੇ 'ਚ ਹਮੇਸ਼ਾ ਸਾਡਾ ਦਿਹਾਤੀ ਨੇ ਔਰ ਨਾਭੇ ਨੇ ਸਾਡਾ ਹਮੇਸ਼ਾ ਮਾਣ ਰੱਖਿਆ। ਔਰ ਮੈਂ ਤੁਹਾਨੂੰ ਇੱਕ ਇਹ ਵੀ ਗੱਲ ਕਹਿਣੀ ਚਾਹੁੰਦਾ ਜੀ, ਮਲਖਣ ਭਾਟੀਆ ਸਾਹਿਬ ਕਹਿ ਰਹੇ ਸੀ ਕਿ ਸਾਨੀ ਸਾਹਿਬ ਕਹਿ ਰਹੇ ਸੀ, ਤੁਹਾਨੂੰ ਪਹਿਲੇ ਨੰਬਰ 'ਤੇ ਆਉਣਾ ਤੁਸੀਂ ਪੰਜਾਬ ਨੂੰ ਇਸ ਬਾਰੇ, ਜੋ ਮੈਨੂੰ ਲੱਗਦਾ ਤੁਸੀਂ ਆ ਜਾਣਾ, ਤੁਹਾਡੀ ਗਿਣਤੀ ਦੇਖ ਕੇ ਮੈਨੂੰ ਲੱਗ ਰਿਹਾ। ਇਹ 2 ਕਰੋੜ ਨੌਕਰੀਆਂ ਦੇਣੀਆਂ ਸੀ ਪਹਿਲੇ ਸਾਲ ਦੇ ਵਿੱਚ ਔਰ ਨੌਕਰੀਆਂ ਖਾਲੀ, ਇਹ ਕਦੇ ਹੋਇਆ ਨਹੀਂ ਹੈ ਜਿਵੇਂ ਕੱਸੀਆਂ 'ਚ ਪਹਿਲੀ ਵਾਰੀ ਪੰਜਾਬ ਦੇ ਧੀਆਂ ਪੁੱਤਾਂ ਨੇ ਲੈ ਕੇ ਆਊਗਾ। ਨਾਭਾ ਸ਼ਹਿਰ ਦੇ ਵਿੱਚ ਬੋੜਾ ਗੇਟ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਆਮ ਆਦਮੀ ਪਾਰਟੀ ਦਾ, ਸਾਡੇ ਮੇਸ਼ੀ ਪ੍ਰਧਾਨ ਜੀ, ਕ੍ਰਿਸ਼ਨ ਪ੍ਰਧਾਨ ਜੀ, ਪ੍ਰਿੰਸ ਪ੍ਰਧਾਨ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਸਾਰੇ ਆ, ਪੂਰੀ ਨਗਰ ਕੌਂਸਲ ਦੀ ਟੀਮ ਹਾਜ਼ਰ ਰਹੀ ਹੈ। ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ। ਠਾਠਾ ਮਾਰਦਾ ਘੱਟ ਦੱਸ ਰਿਹਾ ਕਿ ਆਮ ਆਦਮੀ ਪਾਰਟੀ ਦੇ 2 ਸਾਲ ਦੇ ਕੰਮ ਆ, ਨਗਰ ਕੌਂਸਲ ਨਾਭਾ ਦੀ ਪਰਫਾਰਮੈਂਸ ਤੋਂ ਨਾਭਾ ਸ਼ਹਿਰ ਖੁਸ਼ ਆ, ਵਿਧਾਨ ਸਭਾ ਖੁਸ਼ ਹੈ ਜੀ, ਪਿੰਡਾਂ ਦੇ ਵਿੱਚ ਵੀ ਅਸੀਂ ਹੋ ਕੇ ਆਏ ਹਾਂ, ਬਹੁਤ ਹੀ ਜ਼ਬਰਦਸਤ ਰੁਝਾਨ ਹੈ। ਔਰ ਪਰਮਾਤਮਾ ਕਿਰਪਾ ਕਰਕੇ ਅਸੀਂ ਨਾਭਾ ਦਾ ਹੋਸਪਿਟਲ, ਨਾਭੇ ਦਾ ਨਗਰ ਕੌਂਸਲ ਦਾ ਸਿਸਟਮ ਜਿਹੜਾ ਸਾਰਾ ਇਹਨੂੰ ਹੋਰ ਬਿਹਤਰ ਕਰਾਂਗੇ। ਨਾਭੇ ਦੇ ਵਿੱਚ 66 ਕਰੋੜ ਦਾ ਸੀਵਰੇਜ ਦੀ ਪ੍ਰਪੋਜ਼ਲ ਆਲਰੇਡੀ ਚਲੀ ਗਈ ਹੈ। ਨਾਭੇ ਦੇ ਵਿੱਚ ਅੰਮ੍ਰਿਤ ਯੋਜਨਾ ਦਾ 33 ਕਰੋੜ ਦਾ ਪ੍ਰੋਜੈਕਟ ਆ ਚੁੱਕਿਆ। ਨਾਭੇ ਦੇ ਵਿੱਚ STP ਜਿਹੜਾ 18 ਕਰੋੜ ਦਾ ਤਿਆਰ ਹੋ ਚੁੱਕਿਆ ਜੀ। ਔਰ ਬਾਕੀ ਜਿਹੜੇ ਕੰਮ ਨੇ ਸੜਕਾਂ ਦੇ, ਗਲੀਆਂ ਨਾਲੀਆਂ ਦੇ, ਸਾਰੇ ਕੰਮ ਜਿਹੜੇ ਬੜੇ ਅੱਛੇ ਤਰੀਕੇ ਨਾਲ ਕਰ ਰਹੇ ਹਾਂ ਔਰ ਇਹਨੂੰ ਹੋਰ ਵੀ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ। ਕਾਂਗਰਸ ਦੇ ਟਾਈਮ ਹੀ ਟੈਂਡਰ ਲੱਗਿਆ ਸੀਗਾ, ਉਹ ਜਿਹੜੇ ਠੇਕੇਦਾਰ ਕੋਲ ਟੈਂਡਰ ਸੀ ਉਹ ਬਲੈਕਲਿਸਟ ਹੋ ਗਿਆ ਜੀ, ਉਹਦਾ ਕੰਮ ਕਾਰ ਠੀਕ ਨਹੀਂ ਜੀ, ਬਲੈਕਲਿਸਟ ਹੋ ਗਿਆ। ਨਵੇਂ ਸਿਰੋਂ ਆਇਆ ਉਹ ਟੈਂਡਰ ਬਿਲਕੁਲ ਬਣ ਕੇ ਤਿਆਰ ਆ, ਲੋਕਡਾਊਨ ਉੱਥੇ ਆ ਚੁੱਕੀ ਹੈ। ਅਸੀਂ ਬਹੁਤ ਜਲਦੀ ਇਲੈਕਸ਼ਨ ਖਤਮ ਹੋਣ ਤੋਂ ਤੁਰੰਤ ਬਾਅਦ ਉਹ ਜਿਹੜੀ ਹੈ ਘੋੜਿਆਂ ਵਾਲਾ ਗੁਰੂ ਘਰ ਦੀ ਜਿਹੜੀ ਸੜਕ ਹੈ, ਪੱਥਰਾਂ ਵਾਲੀ ਸੜਕ, ਉਹ ਬਣ ਜਿਹੜੀ ਹੈ ਬਹੁਤ ਖੂਬਸੂਰਤ, ਮੈਂ ਇੱਕ ਵਾਅਦਾ ਕਰਦਾ ਨਾਭੇ ਦੀ ਸਭ ਤੋਂ ਸੋਹਣੀ ਸੜਕ ਜਿਹੜੀ ਹੈ ਪੱਥਰਾਂ ਵਾਲੀ ਗੁਰੂ ਘਰ ਦੇ ਸਾਹਮਣੇ ਬਣੇਗੀ। ਬਿਲਕੁਲ ਨਹੀਂ, ਬਾਅਦ 'ਚ ਹਜੇ ਤਾਂ ਇਲੈਕਸ਼ਨ ਕੋਡ ਲੱਗਿਆ ਹੈ ਜੀ, ਇਲੈਕਸ਼ਨ ਤੋਂ ਖਤਮ ਹੋਣ ਤੋਂ ਬਾਅਦ 3 ਸਾਲ ਪਏ ਨੇ ਸਰਕਾਰ ਦੇ, ਹਲੇ ਕੰਮ ਤਾਂ ਪੰਜਾਬ ਸਰਕਾਰ ਨੇ ਕਰਨਾ, ਨਗਰ ਕੌਂਸਲ ਨੇ ਕਰਨਾ, ਤੇ ਉਹ ਸਾਰੇ ਕੰਮ ਜਿਹੜੇ ਨੇ ਉਹ ਕਰਨੇ ਆ। ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਨੇ, ਇਨਡੋਰ ਆਡੋਟੋਰੀਅਮ ਦਾ 35 ਕਰੋੜ ਦਾ ਪ੍ਰੋਜੈਕਟ ਬਣਾ ਕੇ ਭੇਜਤਾ। ਅਸੀਂ ਇਹ ਪਹਿਲੀ ਵਾਰੀ ਕਰ ਰਹੇ ਹਾਂ ਕਿ ਸਰਕਾਰੀ ਜਿਮ ਨਾਭਾ ਦੇ ਵਿੱਚ ਖੋਲਿਆ ਜਾਵੇ, ਜਿਹੜਾ ਕਿ ਬਹੁਤ ਘੱਟ ਰੇਟ ਦੇ ਉੱਪਰ ਨਾਭੇ ਦਾ ਹਰ ਵਸਨੀਕ ਜਿਹੜਾ ਜੀ ਉਹ ਜਿਹੜਾ ਜਿਮ ਆ ਉਹ ਜੁਆਇਨ ਕਰੇ ਔਰ ਆਪਣੀ ਸਿਹਤ ਜਿਹੜੀ ਹੈ ਤੰਦਰੁਸਤ ਰੱਖੇ। ਹਨੇਰੀ ਆਈ ਪਈ ਹੈ, ਝਾੜੂ ਝਾੜੂ ਹੋਈ ਪਈ ਹੈ, ਅਕਾਲੀ ਕਾਂਗਰਸ ਵਾਲਿਆਂ ਦਾ ਨਾਂ ਹੀ ਨਹੀਂ ਪਤਾ ਕਿਸੇ ਨੂੰ ਜੀ ਕਿ ਕੈਂਡੀਡੇਟ ਕੌਣ ਨੇ। ਤੁਸੀਂ ਦੇਖ ਲਓ ਵੀ ਹੁਣ 9 ਵਜਣ ਵਾਲੇ ਆ ਜੀ, ਆਹ ਦੇਖ ਲਓ ਇਸ ਤੋਂ ਪਹਿਲਾਂ ਜਦੋਂ ਅਸੀਂ 16 ਨੰਬਰ ਵਾਰਡ 'ਚ ਗਏ ਸੀ ਉੱਥੇ ਵੀ ਅੱਧੇ ਰਸ਼ ਸੀਗਾ ਜੀ। ਇਸ ਵੇਲੇ ਤੇ ਸ਼ਾਮ ਨੂੰ 500-500 ਬੰਦੇ, ਖਾਸ ਕਰਕੇ ਔਰਤਾਂ ਆ ਰਹੀਆਂ, ਇਹ ਬਹੁਤ ਸ਼ੁਭ ਸਾਈਨ ਹੈ ਜੀ ਸਾਡੇ ਵਾਸਤੇ ਔਰ ਦੂਜਿਆਂ ਵਾਸਤੇ ਖਤਰੇ ਦੀ ਘੰਟੀ ਹੈ। ਨਾਭੇ 'ਚ ਐਡੀ ਵੱਡੀ ਮੀਟਿੰਗ ਹੋਈ ਹੈ ਕਿਸੇ ਦੀ ਜੀ? ਕੋਈ 1 ਮਿੰਟ ਮੈਨੂੰ ਦੱਸ ਦਿਓ, ਤੁਸੀਂ ਤਾਂ ਮੀਡੀਆ ਵਾਲੇ ਹੋ, ਸਰ ਸਾਹਿਬ ਤੇ ਜਾਂਦੇ ਹੋ, ਕੋਈ ਐਡੀ ਵੱਡੀ ਮੀਟਿੰਗ ਹੋਈ ਹੈ ਕਿਸੇ ਦੀ? ਮੈਂ ਸਵੇਰ ਦੀਆਂ 8 ਮਿੰਟ ਦਾ ਇਹੋ ਜਿਹਾ ਕਰ ਚੁੱਕਿਆ। ਦੇਖੋ ਅਸੀਂ, ਮੈਂ ਐਕਸਰੇ, ਅਲਟਰਾਸਾਊਂਡ, ਦਵਾਈਆਂ ਸਾਰਾ ਕੁਝ ਭੇਜਤਾ, ਡਾਕਟਰ 550 ਭਰਤੀ ਕਰ ਰਹੇ ਹਾਂ, 2000 ਪੋਸਟ ਗ੍ਰੇਡ ਕੀਤੀ ਆ ਮੈਂ, 1300 ਜਿਹੜੇ ਪੈਰਾਮੈਡਿਕਸ ਭਰਤੀ ਕੀਤੇ ਆ, 3300 ਪੋਸਟ ਗ੍ਰੇਡ ਕੀਤੀ ਆ। ਡਾਕਟਰ ਤਾਂ ਟ੍ਰੇਨ ਕਰਨੇ ਪੈਣਗੇ, ਮੈਡੀਕਲ ਕਾਲਜਾਂ ਤੋਂ ਰਿਕਰੂਟ ਕਰ ਲਿਆ, ਨਿਕਲਦੇ ਸਾਰ ਭਰਤੀ ਕਰ ਲਿਆ ਕਰਨੇ ਆ, ਉਹਨੂੰ ਟਾਈਮ ਲੱਗੇਗਾ ਥੋੜ੍ਹਾ ਜਿਹਾ, ਲੇਕਿਨ 24 ਘੰਟੇ ਦੀਆਂ ਸਰਵਿਸ ਦੇਵਾਂਗੇ। ਮੈਂ ਕਰ ਰਿਹਾ ਜੀ ਭਰਤੀ, ਹੋਰ ਲੇਡੀ ਡਾਕਟਰਸ ਦੀ ਕਮੀ ਆ, ਅਲਟਰਾਸਾਊਂਡ ਐਕਸਰੇ ਵਾਲਿਆਂ ਦੀ ਬਹੁਤ ਜ਼ਿਆਦਾ ਕਮੀ ਆ, ਬੇਹੋਸ਼ੀ ਵਾਲਿਆਂ ਦੀ, ਮੈਡੀਕਲ ਸਪੈਸ਼ਲਿਸਟ ਹੈ ਨਹੀਂ ਗੇ,
ਉਹਨਾਂ ਨੂੰ ਮੈਂ ਟ੍ਰੇਨ ਕਰ ਰਿਹਾ, ਜਿਹੜੇ ਬੌਂਡ ਭਰਦੇ ਆ ਸਾਰਿਆਂ ਨੂੰ ਨੌਕਰੀ ਦੇ ਰਿਹਾ ਜੀ। ਮੈਂ ਕਹਿ ਰਿਹਾ ਜੀ ਤੁਸੀਂ ਨਾ, ਮੈਂ ਕਈ ਜਗ੍ਹਾ 'ਤੇ ਜਿੱਥੇ ਕਮੀ ਆ ਨਾ ਜੀ, ਜਿਹੜੇ ਲੋਕਲ ਮੈਂ ਉਹਨਾਂ ਨੂੰ ਵੀ ਹਾਇਰ ਕਰ ਰਿਹਾ ਪੈਰਲੀਮੈਂਟ ਬੋਰਡ 'ਤੇ ਵੀ, 4 ਘੰਟੇ ਸਾਡੇ ਕੰਮ ਕਰ ਜਾਓ ਆ ਕੇ, ਸਾਡੇ ਪੇਸ਼ੈਂਟ ਦੇਖ ਜਾਓ, ਉਹ ਵੀ ਮੈਂ ਕਰ ਰਿਹਾ। ਮੈਂ ਇੱਥੋਂ ਇਲੈਕਸ਼ਨ ਤੋਂ ਫ੍ਰੀ ਹੋ ਕੇ ਨਾ ਜੋ ਡਾਕਟਰ ਰੱਖਾਂਗਾ ਕਰਾਂਗੇ ਭਰਤੀ ਕਰ ਰਿਹਾ ਜੀ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.